ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਲੈ ਕੇ ਹਾਜ਼ਰ ਹਾਂ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਸੁਖਬੀਰ ਬਾਦਲ ਦੇ ਬਿਆਨ ਤੇ ਵਿਵਾਦ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੀ ਚੁਣੌਤੀ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਸੁਖਬੀਰ ਬਾਦਲ 100 ਦਿਨਾਂ ਸੂਬੇ ਦੌਰੇ ਤੇ ਹਨ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਟਕਰਾ ਤੋਂ ਬਾਅਦ ਸੁਖਬੀਰ ਬਾਦਲ ਹੁਣ ਸਾਰੇ ਪ੍ਰੋਗਰਾਮ ਕੁੱਝ ਦਿਨਾਂ ਲਈ ਮੁਲਤਵੀ ਕਰ ਦਿੱਤੇ ਨੇ ਤੇ ਬਾਦਲ ਨੇ ਕਿਹਾ ਕਿ ਇਹਨਾਂ 5 ਦਿਨਾਂ ਦੇ ਵਿੱਚ ਕਿਸਾਨ ਆਗੂ ਜਿੱਥੇ ਵੀ ਚਾਹਣ ਉਹਨਾਂ ਨੂੰ ਫੋਨ ਕਰਕੇ ਪੁੱਛਗਿੱਛ ਕਰ ਸਕਦੇ ਨੇ ਇਸ ਦੇ ਨਾਲ ਉਹਨਾਂ ਨੇ ਪੂਰੀ ਲੀਡਰਸ਼ਿਪ ਕਿਸਾਨਾਂ ਦੇ ਬੁਲਾਏ ਥਾਂ ਤੇ ਆਉਣ ਲਈ ਤਿਆਰ ਹੈ ਉਸ ਤੋਂ ਬਿਨਾ ਉਹਨਾਂ ਨੇ ਫਿਰ ਪ੍ਰੋਗਰਾਮ ਸ਼ੁਰੂ ਕਰਨਗੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਦਾ ਬਿਆਨ ਚਰਚਾ ਦੇ ਵਿੱਚ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਕਿਸਾਨ ਯੂਨੀਅਨ ਦੇ ਕਿਸਾਨ ਹੀ ਨਹੀਂ ਹਨ ਉਹ ਤੋਂ ਨਕਸਲਵਾਦੀ ਹਨ ਜਦੋਂ ਕਾਂਗਰਸ ਨੇ ਸੁਖਬੀਰ ਦੇ ਦੋਵੇਂ ਬਿਆਨ ਸੋਸ਼ਲ ਮੀਡੀਆ ਰਾਹੀਂ ਵਾਇਰਲ ਹੋਣ ਤੇ ਵੀਡੀਓ ਕਿਸਾਨਾਂ ਦੇ ਤੱਕ ਪਹੁੰਚ ਗਈ ਤਾਂ ਇਹ ਵਿਵਾਦ ਸ਼ੁਰੂ ਹੋ ਗਿਆ ਪੁਲਿਸ ਨੇ ਮੌਕੇ ਦੇ ਵਿੱਚ ਸੁਖਬੀਰ ਦੀ ਰੈਲੀ ਦੌਰਾਨ ਕਿਸਾਨਾਂ ਤੇ ਲਾਠੀ ਚਾਰਜ ਵੀ ਕੀਤਾ ਸੀ ਆਪ ਦੇ ਸੀਐਮ ਚੇਰੇ ਦੀ ਮੰਗ ਲਈ ਪਾਰਟੀ ਵਰਕਰਾਂ ਦਾ ਲੁਧਿਆਣਾ ਤੋਂ ਚੰ디ਗੜ੍ਹ ਲਈ ਪੈਦਲ ਮਾਰਚ ਜਰਨੈਲ ਸਿੰਘ ਤੇ ਰਾਗਵ ਚੱਡਾ ਨਾਲ ਕਰਨਗੇ ਮੁਲਾਕਾਤ ਆਪ ਦੇ ਸੁਪਰੀਮੋ ਕੇਜਰੀਵਾਲ ਤੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਦੀ ਮੰਗ ਕੀਤੀ ਜਾ ਰਹੀ ਆ ਪੰਜਾਬ ਦੇ ਵਿੱਚ ਸੰਸਦ ਮੈਂਬਰ ਭਗਵੰਤ ਮਾਨ ਨੂੰ ਇਸ ਤੇ ਲਈ ਨਜ਼ਰਅੰਦਾਜ਼ ਕੀਤਾ ਜਾ ਰਿਹਾ ਜਿਸ ਕਾਰਨ ਮਾਨ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ ਘਰ ਦੇ ਵਿੱਚ ਆਪਣੇ ਵਰਕਰਾਂ ਨੂੰ ਮਿਲ ਰਹੇ ਹਨ ਤੇ ਹੁਣ ਆਮ ਆਦਮੀ ਪਾਰਟੀ ਦਾ ਇੱਕ ਧੜਾ ਉਸ ਦੇ ਹੱਕ ਵਿੱਚ ਖੜਾ ਹੋਣਾ ਸ਼ੁਰੂ ਹੋ ਗਿਆ ਲੁਧਿਆਣਾ ਤੋਂ ਚੰਡੀਗੜ੍ਹ ਰਵਾਨਾ ਹੋਏ ਨੇ ਤੇ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨਾਲ ਅਤੇ ਚੰਡੀਗੜ੍ਹ ਵਿੱਚ ਸੈ ਇੰਚਾਰਜ ਰਾਗਵ ਛੱਡਾ ਵੱਲੋਂ ਮੁੱਖ ਮੰਤਰੀ ਉਮੀਦਵਾਰ ਐਲਾਨਨ ਦੀ ਮੰਗ ਉਠਾਉਣਗੇ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕਾਂਗਰਸ ਦੇ ਵਿੱਚ ਅਨੁਸ਼ਾਸਨ ਨੂੰ ਸ਼ਕਤੀ ਨਾਲ ਲਾਗੂ ਕਰੇਗਾ ਹਾਈ ਕਮਾਂਡ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੁਣ 4-5 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਇਸ ਨੂੰ ਵੇਖਦਿਆਂ ਕਾਂਗਰਸ ਹਾਈ ਕਮਾਂਡ ਹੁਣ ਪੰਜਾਬ ਦੇ ਵਿੱਚ ਅੰਦਰ ਕਿਸਾਂ ਕਾਂਗਰਸ ਕਿਸਾਨਾਂ ਨੂੰ ਵਿੱਚ ਅਨੁਸ਼ਾਚਣ ਸ਼ਕਤੀ ਦੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਨੇ ਪੰਜਾਬ ਦੇ ਦੌਰੇ ਪਿੱਛੋਂ ਉਹਨਾਂ ਨੂੰ ਅਗਲੇ ਹਫ਼ਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਪੰਜਾਬ ਦੇ ਮਾਮਲੇ ਤੇ ਗੱਲਬਾਤ ਕੀਤੀ ਜਾਏਗੀ ਕਾਂਗਰਸੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਲੀਡਰਸ਼ਿਪ ਦੀ ਕੋਸ਼ਿਸ਼ ਹੈ ਕਿ ਹੁਣ ਕਾਂਗਰਸ ਵਿੱਚ ਛੋਟੇ ਤੋਂ ਲੈ ਕੇ ਵੱਡੇ ਨੇਤਾ ਅਤੇ ਅਨੁਸ਼ਾਸਨ ਨੂੰ ਸ਼ਕਤੀ ਦੇ ਨਾਲ ਲਾਗੂ ਕੀਤਾ ਜਾਵੇ ਇਤਿਹਾਸਿਕ ਸ਼ਹਿਰ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਲਈ ਤ੍ਰਿਪਤ ਬਾਜਵਾ ਨੇ ਸੁਖਜਿੰਦਰ ਰੰਦਾਵਾ ਦੀ ਸੀਐਮ ਨੂੰ ਚਿੱਠੀ ਪੰਜਾਬ ਦੇ ਦੋ ਸੀਨੀਅਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਦਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਇਤਿਹਾਸਕ ਅਤੇ ਵਿਰਾਸਤੀ ਸ਼ਹਿਰ ਬਟਾਲਾ ਨੂੰ ਸੂਬੇ ਦਾ 24ਵਾਂ ਜ਼ਿਲ੍ਹਾ ਬਣਾਇਆ ਜਾਵੇ ਤੇ ਇਸ ਅਹਿਮ ਸ਼ਹਿਰ ਦਾ ਟੁਕਮਾ ਵਿਕਾਸ ਹੋ ਸਕੇ ਦੋਵਾਂ ਕੈਬਨਿਟ ਮੰਤਰੀਆਂ ਨੇ ਇਹ ਮੰਗ ਕੀਤੀ ਇਸ ਦੇ ਨਾਲ ਹੀ ਇਤਿਹਾਸਿਕ ਕਸਬਿਆਂ ਫਤੇਗੜ ਚੂੜੀਆਂ ਤੇ ਹਰ ਗੋਬਿੰਦਪੁਰ ਜਾਂ ਕੁਮਾਨ ਨੂੰ ਵੀ ਨਵੇਂ ਜ਼ਿਲ੍ਹੇ ਦੀਆਂ ਨਵੀਆਂ ਸਬ-ਡਿਵੀਜ਼ਨਾਂ ਬਣਾਇਆ ਜਾਵੇ ਸੋ ਇਹ ਪੱਤਰ ਉਹਨਾਂ ਦੇ ਵੱਲੋਂ ਹੁਣ ਲਿਖ ਦਿੱਤਾ ਗਿਆ ਹੈ ਪਟਿਆਲਾ ਦੇ ਵਿੱਚ ਪਟਿਆਲਾ ਦੇ ਨੌਜਵਾਨ ਦਾ ਅਮਰੀਕਾ ਦੇ ਵਿੱਚ ਗੋਲੀ ਮਾਰ ਕੇ ਕਤਲ ਬੀਤੇ ਦਿਨੀ ਅਮਰੀਕਾ ਦੇ ਸੂਬੇ ਇੰਡੀਆਨਾ ਦੇ ਸ਼ਹਿਰ ਮਨਸੀ ਦੇ ਵਿੱਚ ਗੈਸ ਸਟੇਸ਼ਨ ਤੇ ਕੰਮ ਕਰਕੇ ਪੈਦਲ ਜਾ ਰਹੇ ਪੰਜਾਬੀ ਮੂਲ ਦੇ ਨੌਜਵਾਨ ਰਣਜੀਤ ਸਿੰਘ ਉਮਰ 26 ਸਾਲ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੋ ਇਹ ਨੌਜਵਾਨ ਪਟਿਆਲਾ ਦੇ ਪਿੰਡ ਦੇ ਨਾਲ ਸਬੰਧਤ ਸੀ ਜਿਹੜਾ ਰੋਜੀ ਰੋਟੀ ਕਮਾਉਣ ਦੇ ਲਈ ਉੱਥੇ ਗਿਆ ਸੀ ਸੰਯੁਕਤ ਕਿਸਾਨ ਮੋਰਚੇ ਦੇ 20 ਆਗੂ ਮਹਾਪੰਚਾਇਤ ਨੂੰ ਰੱਖਣਗੇ ਆਪਣੀ ਗੱਲ ਰਕੇਸ਼ਟ ਕਰਨੇ ਦਿੱਤਾ ਬਟਾ ਬਿਆਨ ਇਹਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਮਹਾਪੰਚਾਇਤ 5 ਸਤੰਬਰ ਨੂੰ ਮੁਜ਼ੱਫਰਨਗਰ ਵਿੱਚ ਜੋਜਿਤ ਕੀਤੀ ਜਾਣੀ ਹੈ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਬਲਾਰੇ ਰਕੇਸ਼ ਟਕੜ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ 20 ਆਗੂ ਇਸ ਮਹਾਪੰਚਾਇਤ ਨੂੰ ਸੰਬੋਧਨ ਕਰਨਗੇ ਈਨੈ ਨਹੀਂ ਇਸ ਤੋਂ ਇਲਾਵਾ ਸਰਕਾਰ ਵੱਲੋਂ ਵੱਡੀਆਂ ਸੰਸਥਾਵਾਂ ਨੂੰ ਵੇਚਣ ਦੇ ਫੈਸਲੇ ਤੇ ਵੀ ਚਰਚਾ ਕੀਤੀ ਜਾਵੇਗੀ ਕਿਵੇਂ ਰੋਕਿਆ ਜਾਵੇ ਇਸ ਮੁੱਦੇ ਤੇ ਵੀ ਗੱਲ ਕੀਤੀ ਜਾਵੇਗੀ 7 ਲੱਖ ਕਿਸਾਨ ਆਉਣ ਦਾ ਦਾਵਾ ਕੀਤਾ ਗਿਆ ਹੈ SBI ਗਾਹਕਾਂ ਦੇ ਲਈ ਜ਼ਰੂਰੀ ਖਬਰ ਇਹ ਸੇਵਾਵਾਂ માં ਰਹਿਣਗੀਆਂ ਬੰਦ ਵੱਡੀ ਖਬਰ ਆ ਖਬਰ ਦੇ ਵੱਲ ਰੁੱਕ ਕਰਨ ਤੋਂ ਪਹਿਲਾਂ ਨਿੱਕੀ ਜਿਹੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਗਾਹਕਾਂ ਨੂੰ ਸ਼ਨੀਵਾਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ SBI ਦੀ ਇੰਟਰਨੈਟ ਬੈਂਕਿੰਗ ਗਾਹਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 4 ਸਤੰਬਰ ਨੂੰ ਯੂਨੋ ਮੋਬਾਈਲ ਐਪ ਕੰਮ ਨਹੀਂ ਕਰੇਗਾ ਬੈਂਕ ਦਾ ਕਹਿਣਾ ਹੈ ਕਿ 4 ਸਤੰਬਰ ਰਾਤ 11:35 ਤੋਂ 5 ਸਤੰਬਰ ਸਵੇਰੇ 1:35 ਤੱਕ ਇਹ ਸੇਵਾਵਾਂ ਬੰਦ ਰਹਿਣਗੀਆਂ ਸਾਬਕਾ ਵਿਧਾਇਕ ਮੰਗਤ رائے ਬਾਂਸਲ ਦੀ ਸਜ਼ਾ ਤੇ ਹਾਈ ਕੋਰਟ ਨੇ ਲਾਈ ਰੋਕ ਕਾਂਗਰਸੀ ਵਿਧਾਇਕ ਮੰਗਤ رائے ਬਾਂਸਲ ਦੀ ਸਜ਼ਾ ਤੇ ਹਾਈ ਕੋਰਟ ਨੇ ਵੀ ਵੱਲ ਰੋਕ ਲਗਾ ਦਿੱਤੀ ਗਈ ਹੈ ਜਿਸ ਤੇ ਅਦਾਲਤ ਦੇ ਵਿਸਤ੍ਰਿਤ ਹੁਕਮ ਆਉਣੇ ਅਜੇ ਬਾਕੀ ਹਨ ਮੰਗਤ رائے ਬਾਂਸਲ ਨੂੰ ਸੀਬੀਆਈ ਕੋਰਟ ਨੇ ਸਾਲ 2000 14 ਦੇ ਵਿੱਚ ਚਾਵਲ ਕਪਲੇ ਦੇ ਵਿੱਚ ਦੋਚੀ ਮੰਦਿਆ 7 ਸਾਲ ਦੀ ਸਜ਼ਾ ਸੁਣਾਈ ਸੀ। ਜਲੰਧਰ ਦੇ ਵਿੱਚ ਟਿਫਨ ਬੰਬ ਮਾਮਲੇ ਜੋ ਗ੍ਰਿਫਤਾਰ ਗੁਰਮਖਤ ਸਿੰਘ ਦੇ ਹੱਕ ਵਿੱਚ ਆਇਆ ਕਿਸਾਨ ਮੋਰਚਾ ਸੋ ਵੱਡੀ ਖਬਰ ਹੈ। ਕਿਸਾਨ ਮੋਰਚੇ ਦੀ ਸਿਆਸੀ ਪਾਰਟੀਆਂ ਨੂੰ ਅਪੀਲ ਪੰਜਾਬ ਦੇ ਵਿੱਚ ਨਾ ਬਣਾਓ ਚੋਣਵੀ ਮਾਹੌਲ। ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਅਜੇ ਚੋਣਵੀ ਦਸ਼ਾ ਵਿਚ ਨਾ ਆਉਣ ਕਿਉਂਕਿ ਇਸ ਦੇ ਨਾਲ ਇਹ ਪ੍ਰਭਾਵ ਜਾ ਰਿਹਾ ਹੈ ਕਿ ਚੋਣਵੀ ਰੈਲੀਆਂ ਕਿਸਾਨ ਅੰਦੋਲਨ ਨੂੰ ਪਰਮਤ ਕਰਨ ਦੇ ਲਈ ਕੀਤੀਆਂ ਜਾ ਰਹੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬਲਵੀਰ ਸਿੰਘ ਰਾਜੇਵਾਲ ਦਰਸ਼ਨ ਸਿੰਘ ਦਰਸ਼ਨਪਾਲ ਤੇ ਗੁਰਨਾਮ ਸਿੰਘ ਚਨੂਨੀ ਹਨਨ ਮੋਲਾ ਜਗਜੀਤ ਡੱਲੇয়াল ਜੁਗਿੰਦਰ ਸਿੰਘ ਉਗਰਾਹ ਸ਼ਿਵ ਕੁਮਾਰ ਕੱਕਾ ਤੇ ਜਯੋਦਵੀਰ ਸਿੰਘ ਜੁਗਿੰਦਰ ਜੱਦਵ ਵੱਲੋਂ ਕਿਹਾ ਗਿਆ ਹੈ ਕਿ ਆਮ ਤੌਰ ਤੇ ਚੋਣਾਂ ਨਾਲ ਸੰਬੰਧਿਤ ਪ੍ਰਚਾਰ ਅਤੇ ਵਿਸਾਰ ਚੋਣਾਂ ਤੋਂ 2-3 ਮਹੀਨੇ ਪਹਿਲਾਂ ਸ਼ੁਰੂ ਕੀਤਾ ਜਾਂਦਾ ਹੈ ਜਿਸ ਕੁੜੀ ਨੂੰ ਕੀਤਾ ਪਿਆਰ ਉਸ ਨੇ ਘਰੇ ਬੁਲਾ ਕੇ ਮੁੰਡੇ ਨੂੰ ਦਿੱਤੀ ਦਰਦਨਾਕ ਮੌਤ ਉਦਮ ਸਿੰਘ ਵਾਲਾ ਤੋਂ ਖਬਰ ਆ ਜੀ ਇਸ ਨਾਮ ਤੋਂ ਜਿੱਥੇ ਸਥਾਨਕ ਸ਼ਹਿਰ ਦੇ ਵਿੱਚ ਇੱਕ ਨੌਜਵਾਨ ਨੂੰ ਉਸ ਦੇ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਕੁੜੀ ਵੱਲੋਂ ਘਰੇ ਬੁਲਾ ਕੇ ਪਰਿਵਾਰ ਦੇ ਨਾਲ ਮਿਲ ਕੇ ਦਰਦਨਾਕ ਮੌਤ ਦੇੰ ਦਾ ਮਾਮਲਾ ਸਾਹਮਣੇ ਆਇਆ ਕੁੜੀ ਦੇ ਪਰਿਵਾਰ ਵੱਲੋਂ ਜ਼ਹਿਰੀਲੀ ਚੀਜ਼ ਖਵਾ ਕੇ ਮੁੰਡੇ ਨੂੰ ਮਾਰ ਦੇਣ ਦੇ ਚੱਲਦਿਆਂ ਪੁਲਿਸ ਵੱਲੋਂ 5 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਕੁੜੀ ਸਣੇ 3 ਵਿਅਕਤੀਆਂ ਨੂੰ ਗਿਰਫਤਾਰ ਕਰਨ ਦਾ ਵੀ ਦਾਵਾ ਕੀਤਾ ਗਿਆ ਹੈ ਕੁੜੀ ਦੇ ਘਰ ਵਾਲਿਆਂ ਵੱਲੋਂ ਕੋਈ ਹੋਰ ਮੁੰਡਾ ਵਿਆਹ ਵਾਸਤੇ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਕੁੜੀ ਘਰ ਵਾਲਿਆਂ ਨਾਲ ਰਲ ਗਈ ਕੁੜੀ ਨੇ ਫੋਨ ਕਰਕੇ ਉਸ ਨੂੰ ਘਰੇ ਬੁਲਾਇਆ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਵਿਅਕਤੀ ਨੇ ਲਤਾਂ ਬਾਹ ਫੜ ਕੇ ਤੇ ਉਸ ਦੇ ਮੂੰਹ ਵਿੱਚ ਕੋਈ ਜ਼ਹਿਰੀਲੀ ਚੀਜ਼ ਪਲਾ ਦਿੱਤੀ ਅਤੇ ਘਰੋਂ ਬਾਹਰ ਕੱਢ ਦਿੱਤਾ ਤੇ ਉਹ ਡਿੱਗਦਾ ਡਿੱਗਦਾ ਆਪਣੇ ਰਿਸ਼ਤੇਕਾਰਾਂ ਘਰਾਂ ਦੇ ਬਾਹਰ ਗਿਆ ਜਿੱਥਲਾ ਉਸ ਨੇ ਆਪਣੇ ਪ੍ਰਾਂ ਨੂੰ ਵਾਇਸ ਰਿਕਾਰਡਿੰਗ ਵੀ ਭੇਜੀਆਂ ਜਿੱਥੇ ਜੇਰੇ ਇਲਾਜ ਉਸ ਨੇ ਦਮ ਤੋੜ ਦਿੱਤਾ ਮਾ ਮੋਦੀ ਨੇ ਰਲ ਕੇ ਕਿਸਾਨਾਂ ਦੇ ਖਿਲਾਫ ਸਾਜ਼ਿਸ਼ਾਂ ਕਰ ਰਹੇ ਨੇ ਬਾਦਲ ਕੁਨਤਾਰ ਸੰਧਵਾ ਸੰਯੁਕਤ ਕਿਸਾਨ ਮੋਰਚੇ ਦੇ ਸੁਖਬੀਰ ਨੇ ਸੁਖਬੀਰ ਬਾਦਲ ਵੱਲੋਂ ਕੀਤੀਆਂ ਜਾ ਰਹੀਆਂ ਸਿਆਸੀ ਰੈਲੀਆਂ ਨੂੰ ਕਿਸਾਨ ਅੰਦੋਲਨ ਨੂੰ ਢਾਲ ਆਉਂਦੀਆਂ ਕਾਰਵਾਈਆਂ ਕਰਾਰ ਦਿੱਤਾ ਜਿਸ ਤੋਂ ਸਿੱਧਾ ਹੈ ਕਿ ਬਾਦਲ ਪਰਿਵਾਰ ਅਤੇ ਆਕਾਲੀ ਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਦੇ ਕਿਸਾਨਾਂ ਦੇ ਖਿਲਾਫ ਸਾਜ਼ਿਸ਼ ਕਰ ਰਹੇ ਹਨ ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਕੀਤਾ ਸੰਧਵਾ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਸੁਖਵੀਰ ਬਾਦਲ ਨੂੰ ਸੰਯੁਕਤ ਮੋਰਚੇ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਤੋਂ ਗਰੇਜ ਕਰਨਾ ਚਾਹੀਦਾ ਉਹ ਆਪਣੇ ਵਿਝੇ ਕੰਡੇ ਹੀ ਚੁਗ ਰਹੇ ਹਨ ਪੰਜਾਬ ਸਰਕਾਰ ਵੱਲੋਂ ਹਾਈ ਸੀਨੀਅਰ ਸਕੈਂਡਰੀ ਸਕੂਲਾਂ ਦੇ ਗੇਟ ਬਣਾਉਣ ਦਾ ਰਾਹ ਪੱਧਰਾ 2.30 ਕਰੋੜ ਜਾਰੀ ਪੰਜਾਬ ਸਕੂਲ ਸਰਕਾਰ ਹਾਈ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਦੇ ਨਵੇਂ ਗੇਟ ਬਣਾਉਣ ਦੇ ਲਈ ਪੁਰਾਣਿਆਂ ਦੀ ਮੁਰੰਮਤ ਕਰਨ ਦੇ ਲਈ ਰਾਹ ਪੱਧਰਾ ਕਰ ਦਿੱਤਾ 2. 1 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਇਸ ਤੋਂ ਪਹਿਲਾਂ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਨਵੇਂ ਗੇਟ ਬਣਾਉਣਾਂ ਅਤੇ ਪੁਰਾਣੇ ਗੇਟਾਂ ਦੀ ਮੁਰੰਮਤ ਕਰਨ ਦੇ ਲਈ 3.93 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ ਇਸ ਦੇ ਨਾਲ ਹੁਣ ਕੋਈ ਵੀ ਸਕੂਲ ਗੇਟ ਤੋਂ ਬਿਨਾਂ ਨਹੀਂ ਰਹੇਗਾ ਮੋਗਰਾਲੀ ਦੇ ਵਿੱਚ ਹੋਏ ਟਕਰਾਅ ਤੇ ਡਾਕਟਰ ਦਲਜੀਤ ਈਮਾ ਦਾ ਵੱਡਾ ਬਿਆਨ ਬੀਤਤਨੀ ਮੋਗਾ ਦੇ ਵਿੱਚ ਅਕਾਲੀ ਦਲ ਦੀ ਰੈਲੀ ਦੇ ਵਿੱਚ ਯੂਥ ਅਕਾਲੀ ਦਲ ਕਿਸਾਨ ਜਥੇਬੰਦੀਆਂ ਤੇ ਪੁਲਿਸ ਦੇ ਵਿਚਾਲੇ ਹੋਏ ਆਪਸੀ ਟਕਰਾਅ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਸਾਰੀ ਸਾਜ਼ਿਸ਼ ਅਕਾਲੀਆਂ ਨੂੰ ਬਦਨਾਮ ਕਰਨ ਦੇ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਰਲ ਕੇ ਰਚੀ ਹੈ। ਉਹਨਾਂ ਨੇ ਕਿਹਾ ਜੀ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੀਆਂ ਨੇ ਇਹ ਦੋਵੇਂ ਆਪਸ ਦੇ ਵਿੱਚ ਮਿਲੀਆਂ ਹੋਈਆਂ ਨੇ ਅਕਾਲੀਆਂ ਦੀ ਤੇ ਬਸਪਾ ਦੀ ਵਧ ਰਹੀ ਲੋਕ ਪ੍ਰੇਤਾ ਨੂੰ ਦੇਖਦੇ ਹੋਏ ਕਾਂਗਰਸ ਅਤੇ ਆਮ ਪਾਰਟੀ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਵਿੱਚ ਚੋਣਾ ਹੋਣ ਇਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਸੂਬੇ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣਾ ਚਾਹੁੰਦੀਆਂ ਨੇ। ਸਰਹੱਦ ਪਰੋਂ ਪੰਜਾਬ ਤੋਂ ਦਾਖਲ ਹੋਏ ਦੋ ਪਾਕਿਸਤਾਨੀ ਡਰੋਨ ਬੀਐਸਐਫ ਨੇ ਫਾਇਰ ਕਰਕੇ ਪਜਾਏ ਸਰਚ ਆਪਰੇਸ਼ਨ ਜਾਰੀ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ ਤੇ ਬੀਓਪੀ ਪੋਸਟ ਰਾਜੋ ਵਿਖੇਤ ਰਾਤ ਦੇ ਸਮੇਂ ਡਰੋਨ ਦੇਖੇ ਗਏ ਹਨ ਜਿਸ ਤੋਂ ਬਾਅਦ ਬੀਐਸਐਫ ਦੀ ਇੱਕ 103 ਬਟਾਲੀਅਨ ਅਮਰਕੋਟ ਵੱਲੋਂ ਉਸ ਦੇ ਉੱਪਰ ਫਾਇਰ ਕੀਤੀ ਗਈ ਹੈ ਫਿਰੋਜ਼ਪੁਰ ਦੇ ਵਿੱਚ ਲਾਅੰਡ ਆਰਡਰ ਵੈਂਟੀਲੇਟਰ ਤੇ ਪਿਸਤੌਲ ਦੇ ਜ਼ੋਰ ਤੇ ਤਿੰਨ ਮੋਬਾਈਲ ਫੋਨਾਂ ਤੇ ਨਕਦੀ ਲੁੱਟੀ ਗੈਰ ਸਮਾਜਿਕ ਅਨਸਰਾਂ ਦੇ ਵੱਲੋਂ ਅੱਜ ਦਿਨ ਕੀਤੀਆਂ ਜਾ ਰਹੀਆਂ ਕਤਲੋਗਾਰਤ ਨੂੰ ਦੇਖਦੇ ਹੋਏ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਬੀਤੇ ਦਿਨੀ ਫਿਰੋਜ਼ਪੁਰ ਦੇ ਪਿੰਡ ਸੈਦਾਂ ਵਾਲਾ ਵਿਖੇ ਪਿਸਤੌਲ ਦੀ ਨੋਕ ਤੇ ਇੱਕ ਵਿਅਕਤੀ ਦੇ ਕੋਲੋਂ ਤਿੰਨ ਮੋਬਾਈਲ ਫੋਨ ਤੇ 2500 ਰੁਪਏ ਦੀ ਨਕਦੀ ਖੋਹੀ ਇਸ ਦੇ ਸਬੰਧ ਵਿੱਚ ਥਾਣਾ ਕੁਲਗੜੀ ਦੇ ਵਿੱਚ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ ਆਈਪੀਸੀ ਅਤੇ ਆਰਮਜ਼ ਐਕਟ ਦੇ ਵਿੱਚ ਦਾਖਲਾ ਨਾ ਮਾਮਲਾ ਦਰਜ ਕਰ ਲਿਆ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੰਜਾਬ ਦੇ ਵਿੱਚ ਫਰਜੀ ਐਨਕਾਊਂਟਰ 'ਚ ਫਸੇ ਪੁਲਿਸ ਅਫਸਰਾਂ ਦੇ ਡਿੱਗੇਗੀ ਗਾਜ ਹਾਈ ਕੋਰਟ ਨੇ ਪਟੀਸ਼ਨ ਕੀਤੀ ਰਤ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਵਿੱਚ ਫਰਜੀ ਐਨਕਾਊਂਟਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੇ ਦਰਜ ਕੀਤੇ ਗਏ ਕੇਸਾਂ ਦੇ ਖਿਲਾਫ ਵਕ ਵਕ ਪੁਲਿਸ ਅਧਿਕਾਰੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਆ ਹੁਣ ਜਿਨ੍ਹਾਂ ਮਾਮਲਿਆਂ ਦੇ ਵਿੱਚ ਹਾਈ ਕੋਰਟ ਨੇ ਪਟੀਸ਼ਨ ਪੈਂਡਿੰਗ ਹੋਣ ਤੇ ਟਰਾਇਲ ਤੇ ਰੋਕ ਲੱਗੀ ਸੀ ਉਹ ਦੁਬਾਰਾ ਸੁਣਵਾਈ ਹੋਵੇਗੀ ਜਿਸੇ ਸਥਿਤੀ ਦੇ ਵਿੱਚ ਵੱਡੇ ਅਧਿਕਾਰੀਆਂ ਤੇ ਗਾਜ਼ ਡਿੱਗਣਿਤ ਹੈ ਮੰਤਰੀ ਆਸ਼ੂ ਦਾ ਇਨ ਐਕਸ਼ਨ ਪੰਜ ਰਾਸ਼ਨ ਡੱਪਿਆਂ ਦੀ ਸਪਲਾਈ ਰੱਦ ਸੋ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਜੀ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਫਰਜ਼ੀ ਰਾਸ਼ਨ ਡੱਪਿਆਂ ਦੀ ਜਿਹੜੀ ਕਰ ਦਿੱਤੀ ਗਈ ਆ ਮਾਨਤਾ ਰੱਦ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਵੱਲੋਂ ਕੰਟਰੋਲਰ ਸੁਖਵਿੰਦਰ ਗਿੱਲ ਦੇ ਲਾਪਰਵਾਹ ਨੇ ਲਾਪਰਵਾਹ ਰਾਸ਼ਨ ਡੱਪੂ ਮਾਲਕਾਂ ਦੇ ਖਿਲਾਫ ਸਖਤ ਧਿਰੋਖਾ ਪਨਾਉਂਦੇ ਹੋਏ ਪੰਜ ਰਾਸ਼ਨ ਡੱਪੂਆਂ ਦੇ ਹੋਲਡਰਾਂ ਦੀ ਅਨਾਜ ਸਪਲਾਈ ਰੱਦ ਕਰ ਦਿੱਤੀ ਗਈ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਤੋਂ ਕਿਸਾਨਾਂ ਦਾ ਵੱਡਾ ਕਾਫਲਾ ਮਹਾਪੰਚਾਇਤ ਦੇ ਲਈ ਹੋਇਆ ਰਵਾਨਾ। ਬੱਚੇ, ਬਜ਼ੁਰਗ, ਨੌਜਵਾਨ ਤੇ ਔਰਤਾਂ ਸ਼ਾਮਲ ਉੱਤਰ ਪ੍ਰਦੇਸ਼ ਦੇ ਮੁਜ਼ਫਰਨਗਰ ਵਿੱਚ 5 ਸਤੰਬਰ ਨੂੰ ਅੱਜ ਕਿਸਾਨਾਂ ਦੀ ਇੱਕ ਮਹਾਪੰਚਾਇਤ ਹੋ ਰਹੀ ਹੈ ਜਿਸ ਵਿੱਚ ਪੂਰੇ ਦੇਸ਼ ਤੋਂ ਕਿਸਾਨ ਪਹੁੰਚ ਰਹੇ ਹਨ ਸੋ ਰਾਤ ਦੇ ਹੀ ਪੰਜਾਬ ਦੇ ਵੱਖ-ਵੱਖ ਸੂਬਿਆਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਕਸਾਨ ਟਰੈਕਟਰ ਟਰਾਲੀਆਂ ਲੈ ਕੇ ਬੱਚੇ ਬਜ਼ੁਰਗ ਜਵਾਨ ਅਤੇ ਔਰਤਾਂ ਦੇ ਸਮੇਤ ਤੁਰੇ ਹੋਏ ਹਨ ਸੋ 100 ਬੱਸਾਂ ਤੋਂ ਜ਼ਿਆਦਾ ਕਾਫਲਾ ਰਵਾਨਾ ਹੋ ਚੁੱਕਾ ਹੈ ਭਗਵੰਤ ਮਾਨ ਦਾ ਸੁਖਵੀਰ ਬਾਦਲ ਦੇ ਤੰਜ ਜੇ ਇੰਨਾ ਹੀ ਖਤਰਾ ਦਾ ਸਿਆਸਤ ਛੱਡ ਕੇ ਕੋਈ ਹੋਰ ਕੰਮ ਕਰ ਲਓ ਅੱਜ ਭਾਰੀ ਗਿਣਤੀ ਦੇ ਵਿੱਚ ਲੋਕ ਆਪਣੀਆਂ ਮੰਗਾਂ ਲੈ ਕੇ ਭਗਵੰਤ ਮਾਨ ਨੂੰ ਮਿਲਣ ਉਹਨਾਂ ਦੀ ਰਹਿਸ਼ ਤੇ ਪੂਜੇ ਭਗਵੰਤ ਮਾਨ ਨੇ ਉਹਨਾਂ ਦਾ ਸਭ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਤੁਹਾਡਾ ਹਰ ਇੱਕ ਸੁਝਾਅ ਮੇਰੇ ਸਿਰ ਮੱਥੇ ਇਸ ਦੌਰਾਨ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੀ ਰੈਲੀ ਦੌਰਾਨ ਕਿਸਾਨਾਂ ਤੇ ਕੀਤੇ ਗਿਆ ਲਾਠੀ ਚਾਰਜ ਨੂੰ ਵੀ ਲੈ ਕੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ ਮੇਰੇ ਲਈ ਸੀਐਮ ਦਾ ਮਤਲਬ ਆਮ ਆਦਮੀ ਹੈ ਮੁੱਖ ਮੰਤਰੀ ਨਹੀਂ। ਉਹਨਾਂ ਸੁਖਬੀਰ ਬਾਦਲ ਦੇ ਥੰਝ ਕੱਸ ਦਿਆ ਗਿਆ। ਅੱਜ ਮੁੱਖ ਮੰਤਰੀ ਜਾਂ ਕਿਸਾਨ ਆਗੂ ਜਨਤਾ ਨੂੰ ਨੇੜੇ ਨਹੀਂ ਲੱਗਣ ਦਿੰਦੇ ਜਿਹੜੇ ਹਾਲੇ ਡਿਪਟੀ ਸੀਐਮ ਨੂੰ ਹੀ ਸੀਐਮ ਹਨ ਉਹਨਾਂ ਕਰਕੇ ਵੀ ਲੋਕਾਂ ਦੇ ਡੰਗਾ ਪੈਰੀਆਂ ਨੇ ਪਾਣੀ ਦੀਆਂ ਬਿਛਾੜਾ ਹੋ ਰੀਆਂ ਨੇ ਪੰਜਾਬ ਦੇ ਥਰਮਲ ਦੇ ਵਿੱਚ ਕੋਲੇ ਦੀ ਸਥਿਤੀ ਚਿੰਤਾਜਨਕ ਸਰਕਾਰੀ ਪਲਾਂਟ ਬੰਦ ਹੋਣ ਪਿੱਛੇ ਉਹਨਾਂ ਨਿੱਜੀ ਥਰਮਲ ਪਲਾਂਟਾਂ ਤੇ ਟੇਕ ਪੰਜਾਬ ਦੇ ਵਿੱਚ ਥਰਮਲ ਪਲਾਂਟਾਂ ਦੀ ਸਥਿਤੀ ਜਿਹੜੀ ਚਿੰਤਾਜਨਕ ਹੁੰਦੀ ਦਿਖਾਈ ਦੇ ਰਹੀ ਹੈ ਕੋਲੇ ਦੀ ਸਥਿਤੀ ਜਦੋਂ ਕਿ ਨਿੱਜੀ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚਲਾਏ ਜਾ ਰਹੇ ਹਨ ਬਿਜਲੀ ਦੀ ਮੰਗ 10000 ਮੈਗਾਵਾਟ ਤੋਂ ਪਾਰ ਹੋ ਗਈ ਹੈ ਪੂਰੀ ਕਰਨ ਦੇ ਲਈ ਨਿੱਜੀ ਥਰਮਲ ਪਲਾਂਟਾਂ ਤੋਂ 3000 ਤੋਂ ਵੱਧ 5 ਡਲਾਂ ਤੋਂ 600 ਤੋਂ ਵੱਧ ਬਿਜਲੀ ਸਪਲਾਈ ਦੀ ਮੰਗ ਜਿਹੜੀ ਪੂਰੀ ਕੀਤੀ ਗਈ ਹੈ। ਪੰਜਾਬ ਦੇ ਦੋ ਮਹਾਨਗਰਾਂ 'ਚੂ ਸੀ ਹਮਲੇ ਦੀ ਯੋਜਨਾ ਅਤਵਾਦੀ ਸਰੂਪ ਸਿੰਘ ਤੋਂ ਪੁੱਛਗਿੱਛ ਦੌਰਾਨ ਹੋਏ ਵੱਡੇ ਖੁਲਾਸੇ ਜਨਮ ਅਸ਼ਟਮੀ ਦੀ ਰਾਤ ਨੂੰ ਪੰਜਾਬ ਪੁਲਿਸ ਨੇ ਦੋ ਹੈਂਡ ਗ੍ਰੇਨੇਡਾਂ ਸਣੇ ਗ੍ਰਿਫਤਾਰ ਕੀਤੇ ਗਏ ਅਤਵਾਦੀ ਸਰੂਪ ਸਿੰਘ ਜੋਹਲ ਨੂੰ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋਏ ਨੇ ਸਰੂਪ ਸਿੰਘ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਦੀਆਂ ਦਸਤਾਵਾਂ ਤੇ ਰੀਕੀ ਕੀਤੀ ਸੀ। ਜਰਮਨੀ ਸਥਿਤ ਅੱਤਵਾਦੀ ਸੰਗਠਨਾਂ ਨੇ ਇਨ੍ਹਾਂ ਮਹਾਨਗਰਾਂ ਨੂੰ ਧਮਾਕੇ ਕਰਨ ਦੀ ਯੋਜਨਾ ਬਣਾਈ ਸੀ ਜਿਸ ਵਿੱਚ ਹੋਰ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਸੀ ਜਰਮਨੀ ਦੇ ਵਿੱਚ ਬੈਠੇ ਅੱਤਵਾਦੀਆਂ ਨੇ ਇਸ ਮਿਸ਼ਨ ਦਾ ਨਾਮ ਵੀ ਫਾਈਨਲ ਕਰ ਲਿਆ ਸੀ ਬਾਕੀ ਅੱਤਵਾਦੀਆਂ ਨੂੰ ਵਰਚੁਅਲ ਟ੍ਰੇਨਿੰਗ ਦੇਣੀ ਬਣਦੀ ਸੀ ਯੋਜਨਾ ਬਣਾਈ ਜਾ ਰਹੀ ਸੀ ਪਰ ਇਸ ਦੌਰਾਨ ਜੋਹਲ ਪੁਲਿਸ ਦੇ ਹੱਥੇ ਚੜ ਗਿਆ ਤੇ ਅੱਤਵਾਦੀ ਸਰੂਪ ਨੇ ਪੁਲਿਸ ਰਿਮਾਂਡ ਦੇ ਦੌਰਾਨ ਇਹ ਖੁਲਾਸਾ ਕੀਤਾ ਕਿ ਪੁਲਿਸ ਮਾਮਲੇ ਦੀ ਜਾਣਕਾਰੀ ਨਹੀਂ ਦੇ ਰਹੀ ਪੁਲਿਸ ਦਾ ਕਹਿਣਾ ਕਿ ਪੂਰੇ ਮਾਮਲੇ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ ਫਰੀਦਕੋਟ ਦੇ ਸਰਕਾਰੀ ਹਸਪਤਾਲ ਦੀ ਡਾਕਟਰ ਦਾ ਕਾਰਨਾਮਾ ਆਪਰੇਸ਼ਨ ਦੌਰਾਨ ਮਰੀਜ਼ ਦੇ ਜ਼ਖਮਾ 'ਚੋਂ ਛੱਡੀ ਪੱਟੀ ਵੈਸੇ ਤਾਂ ਡਾਕਟਰ ਰੱਬ ਦਾ ਰੂਪ ਹੁੰਦੇ ਨੇ ਪਰ ਡਾਕਟਰ ਕਈ ਪੈਸੇ ਦੇ ਇੰਨੇ ਕੁ ਪਰਪੱਕ ਹੋ ਜਾਂਦੇ ਨੇ ਕਿ ਲੋਕਾਂ ਦਾ ਇਲਾਜ ਕਰਨ ਤੋਂ ਪਹਿਲਾਂ ਆਪਣਾ ਧਰਮ ਮੰਨਦੇ ਹਨ ਪਰ ਕੁਝ ਲੋਕਾਂ ਨੇ ਇਸ ਪੈਸੇ ਨੂੰ ਸਿਰਫ ਕਮਾਉਣ ਦਾ ਸਾਧਨ ਬਣਾ ਕੇ ਲੋਕਾਂ ਦਾ ਸ਼ੋਸ਼ਣ ਕਰਨ ਦਾ ਕੰਮ ਸ਼ੁਰੂ ਕੀਤਾ ਮਾਮਲਾ ਸਾਹਮਣੇ ਅੱਜ ਫਰੀਦਕੋਟ ਤੋਂ ਜਿੱਥੇ ਸਿਵਲ ਹਸਪਤਾਲ ਚ ਤਨਾਇਤ ਇੱਕ ਲੇਡੀਜ਼ ਡਾਕਟਰ ਵੱਲੋਂ ਇੱਕ ਨਿੱਜੀ ਹਸਪਤਾਲ ਚ ਔਰਤ ਦਾ ਆਪਰੇਸ਼ਨ ਕੀਤਾ ਗਿਆ ਲਾਪਰਵਾਹੀ ਇਹੇ ਵਰਤੀ ਗਈ ਕਿ ਪੱਟੀ ਮਰੀਜ਼ ਦੇ ਜ਼ਖਮਾਂ ਦੇ ਅੰਦਰ ਹੀ ਰਹਿ ਗਈ ਉਸ ਦਾ ਜ਼ਖਮ ਨੂੰ ਸਹੀ ਢੰਗ ਨਾਲ ਟਾਂਕੇ ਵੀ ਨਹੀਂ ਲਾਏ ਗਏ ਇਨਫੈਕਸ਼ਨ ਹੋਈ ਤਾਂ ਦੂਜੇ ਡਾਕਟਰ ਨੂੰ ਚੈੱਕ ਕਰਵਾਇਆ ਤਾਂ ਪਤਾ ਲੱਗਾ ਆਪਰੇਸ਼ਨ ਕਰਨ ਵਾਲੇ ਡਾਕਟਰ ਦੀ ਲਾਪਰਵਾਹੀ ਦੇ ਕਾਰਨ ਜ਼ਖਮ ਵਿੱਚ ਇਨਫੈਕਸ਼ਨ ਫੈਲ ਗਈ ਹੈ ਪੱਟੀ ਅੰਦਰ ਹੈ ਸੋ ਜਦੋਂ ਲੇਡੀਜ਼ ਡਾਕਟਰ ਦੇ ਨਾਲ ਪਰਫੋਨ ਤੇ ਸੰਪਰਕ ਕੀਤਾ ਗਿਆ ਤਾਂ ਕੋ ਪੀੜਤ ਪਰਿਵਾਰ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਹਾਨੂੰ ਕਪੜੇ ਸੀਨੇ ਆਉਂਦੇ ਹਨ ਤਾਂ ਇਸ ਗੰਦੂਈ ਸੋਈ ਤੂੰ ਖੁਦ टाਕੇ ਲਾ ਲਓ ਜੋ ਕਿ ਪੀੜਤ ਪਰਵਾਲ ਤੇ ਮੋਬਾਈਲ ਵਿੱਚ ਰਿਕਾਰਡ ਹੋ ਗਈ ਆ ਬਠਿੰਡਾ ਦੇ ਵਿੱਚ ਬੀਜੇਪੀ ਦੀ ਚੱਲ ਰਹੀ ਸੀ ਚੁੱਪਚੀ ਤੇ ਮੀਟਿੰਗ ਮੌਕੇ ਤੇ ਪਹੁੰਚ ਗਿਆ ਕਿਸਾਨ ਪੈ ਗਿਆ ਖਲਾਰਾ ਸੋ ਵੱਡੀ ਖਬਰ ਆ ਸ਼ਾਬੜਾ ਪੈਲਸ ਦੇ ਵਿੱਚ ਬਠਿੰਡਾ ਦੇ ਵਿੱਚ ਬੈਠਕ ਕੀਤੀ ਜਾ ਰਹੀ ਸੀ ਪਤਾ ਚਲਦਿਆਂ ਹੀ ਕਿਸਾਨ ਵਿਰੋਧ ਪ੍ਰਦਰਸ਼ਨ ਕਰਨ ਲਈ ਪਹੁੰਚੇ ਪ੍ਰਧਾਨ ਜੀ ਕਰ ਰਹੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਤੱਕ ਜੋ ਵੀ ਕੰਮ ਕੀਤੇ ਗਏ ਹਨ ਜੋ ਕਰਨ ਜਾਰੀ ਹੈ ਇਸ ਸੰਬੰਧੀ ਬੈਠਕ ਕੀਤੀ ਜਾ ਰਹੀ ਸੀ ਤਾਂ ਜੋ ਵਿਧਾਨ ਸਭਾ ਚੋਣਾਂ ਤਰਾਂ ਲੋਕਾਂ ਨੂੰ ਲੋਕਾਂ ਨੂੰ ਦੇ ਵਿੱਚ ਜਾ ਕੇ ਪਾਰਟੀ ਦਾ ਪ੍ਰਚਾਰ ਕੀਤਾ ਜਾ ਸਕੇ ਦੂਜੇ ਪਾਸੇ ਤਿੰਨ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਪਾਜਪਾ ਦਾ ਵਿਰੋਧ ਹੋ ਰਿਹਾ ਹੈ ਪਟਵਾਰੀ ਦੀ ਪ੍ਰੀਖਿਆ ਲਈ 5 ਸਤੰਬਰ ਨੂੰ ਹੋਣ ਵਾਲੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਸੋ ਦੋਸਤੋ ਵੱਡੀ ਖਬਰ ਹੈ ਜਿਨ੍ਹਾਂ ਦੇ ਪੇਪਰ ਨਹੀਂ ਹੋਏ ਸੀ ਉਹਨਾਂ ਦੇ ਪੇਪਰਾਂ ਦੇ ਲਈ ਅੱਜ ਤੁਸੀਂ ਜਾ ਸਕਦੇ ਹੋ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ ਪੰਜਾਬ ਸੋ ਬਾਡੀਨੇਟਰ ਸਰਵਿਸ ਸਿলেকਸ਼ਨ ਬੋਰਡ ਵੱਲੋਂ ਪਟਵਾਰੀ ਜ਼ਿਲ੍ਹਾਦਾਰ ਭਰਤੀ ਦੀ ਮੈਨਸ ਪ੍ਰੀਖਿਆ ਐਡਮਿਟ ਕਾਰਡ ਜਾਰੀ ਕਰ ਦਿੱਤਾ ਗਿਆ ਜਿਹੜੇ ਅੱਜ ਪੇਪਰ ਹੋਣਗੇ ਸੋ 1152 ਉਹਦਿਆਂ ਦੇ ਲਈ ਭਰਤੀਆਂ ਕੱਢੀਆਂ ਗਈਆਂ ਨੇ ਪ੍ਰੀਖਿਆ 5 ਸਤੰਬਰ 2021 ਨੂੰ ਹੋਵੇਗੀ ਦੂਜੀ ਸ਼ਿਫਟ ਸ਼ਾਮ ਦੇ ਸੈਸ਼ਨ ਚੰਡੀਗੜ੍ਹ ਤੇ ਮੁਹਾਲੀ ਦੇ ਕੇਂਦਰਾ ਵਿੱਚ ਲਈ ਜਾਵੇਗੀ ਪੰਜਾਬ ਦੇ ਡੀਜੀਪੀ ਅਤੇ ਮੁਹਾਲੀ ਦੇ ਐਸਐਸਪੀ ਨੂੰ ਹਾਈ ਕੋਰਟ ਵੱਲੋਂ ਮਾਨਹਾਨੀ ਨੋਟਿਸ ਜਾਰੀ ਪੰਜਾਬ ਦੇ ਡੀਜੀਪੀ ਤੇ ਮੁਹਾਲੀ ਦੇ ਐਸਐਸਪੀ ਹੈਡ ਕਨਸਟੇਬਲ ਨੂੰ ਵਾਦੇ ਤਰੱਕੀ ਅਤੇ ਬਰਖਾਸਤਗੀ ਦੀ ਮਿਆਦ ਲਈ ਤਨਖਾਹ ਦੇ ਭੁਗਤਾਨ ਦੇ ਹੁਕਮਾਂ ਦੀ ਪਾਲਣਾ ਨਾ ਕਰਨਾ ਮਹਿੰਗਾ ਪੈ ਗਿਆ ਤੇ ਦੋਵਾਂ ਨੂੰ ਮਾਨ ਨਾਹਨੀ ਦਾ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਗਿਆ ਪਟੀਸ਼ਨਰ ਰਗਵੀਰ ਸਿੰਘ ਨੇ ਕਿਹਾ ਕਿ ਉਸ ਨੂੰ ਅਪਰਾਧਿਕ ਮਾਮਲੇ ਵਿੱਚ ਕੇਸ ਕਾਰਨ ਦਸੰਬਰ 2012 ਦੇ ਵਿੱਚ ਬਰਖਾਸਤ ਕਰ ਦਿੱਤਾ ਗਿਆ ਸੀ ਅਕਤੂਬਰ 2018 ਦੇ ਵਿੱਚ ਇਸ ਕੇਸ ਨੂੰ ਬਰੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਨੇ ਡੀਜੀਪੀ ਨੂੰ ਬਰਖਾਸਤ ਕੀਤੀ ਮਿਆਦ ਲਈ ਤਨਖਾਹ ਵਾਲੀ ਤਨਖਾਹ ਤੇ ਵਾਦੇ ਦੀ ਬਕਾਇਆ ਤਰੱਕੀ ਦੇਣ ਦੇ ਲਾਭ ਦੀ ਬੇਨਤੀ ਕੀਤੀ ਸੋ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਝੋਨੇ ਦੀ ਖਰੀਦ ਨਿਯਮਾਤ ਨੂੰ ਤਬਦੀਲੀ ਚਾਹੁੰਦੀ ਹੈ ਕੇਂਦਰ ਸਰਕਾਰ ਪੰਜਾਬ ਦਾ ਇਨਕਾਰ ਕੇਂਦਰ ਸਰਕਾਰ ਝੋਨੇ ਅਤੇ ਕਣਕ ਦੇ ਖਰੀਦ ਨਿਯਮਾ ਦੇ ਵਿੱਚ ਤਬਦੀਲੀ ਦੀ ਤਿਆਰੀ ਕਰ ਰਹੀ ਹੈ ਕੇਂਦਰ ਸਰਕਾਰ ਨੇ ਖੇਤੀ ਵਿਗਿਆਨੀਆਂ ਦਾ ਇੱਕ ਗਰੁੱਪ ਦਾ ਗਠਨ ਕੀਤਾ ਜਿਸ ਨੇ ਝੋਨੇ ਤੋਂ ਮਿਲਿੰਗ ਕਰਨ ਪਿਛੇ ਨਿਕਲੇ ਚੌਲ ਦੇ ਕਣਕ ਦੀ ਖਰੀਦ ਲਈ ਪਹਿਲਾਂ ਤੋਂ ਟੈਂਪ ਮਾਪ ਡੰਡਾ ਦੇ ਵਿੱਚ ਤਬਦੀਲੀ ਕਰਨ ਦੀ ਸਿਫਾਰਸ਼ ਕੀਤੀ ਹੈ ਪੰਜਾਬ ਸਮੇਤ ਕਈ ਸੂਬੇ ਇਸ ਦੇ ਵਿਰੋਧ ਵਿੱਚ ਹਨ ਪਰ ਭਾਜਪਾ ਸਾਸ਼ਤ ਸੂਬੇ ਇਹ ਜਿਆਦਾ ਖੁੱਲ ਕੇ ਨਹੀਂ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਹ ਨਾ ਮਾਪ ਡੰਡਾ ਦੇ ਵਿਰੁੱਧ ਖੁੱਲ ਕੇ ਵਿਰੋਧ ਪ੍ਰਗਟਾਇਆ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਖਤਰਾਂ ਦੀ ਇੱਕ ਮੀਟਿੰਗ ਪਿਛਲੇ ਹਫਤੇ ਹੋਈ ਪੰਜਾਬ ਸਮੇਤ ਉਹਨਾਂ ਸਾਰੇ ਸੂਬਿਆਂ ਦਾ ਇਹਨਾਂ ਦਾ ਵਿਰੋਧ ਕੀਤਾ ਜਿੱਥੇ ਪਾਰੀ ਮਾਤਰਾ ਵਿੱਚ ਚੂਨੇ ਤੇ ਕਣਕ ਦੀ ਖਰੀਦ ਕੀਤੀ ਜਾਂਦੀ ਹੈ ਚੂਨੇ ਦੀ ਨਮੀ ਘੱਟ ਕਰਨ ਦੀ ਤਿਆਰੀ ਮੁੱਖ ਮੰਤਰੀ ਦੇ ਵੱਲੋਂ ਕੀਤੀ ਜਾ ਰਹੀ ਆ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਬੋਲੇ ਰਕੇਸ਼ ਟੈਕਟ ਜੇ ਸਾਨੂੰ ਰੋਕਿਆ ਤਾਂ ਅਸੀਂ ਤੋੜਾਂਗੇ ਬੈਰੀਕ ਬੈਰੀਅਰ ਸੋ 9 ਮਹੀਨਿਆਂ ਤੋਂ ਵੀ ਜ਼ਿਆਦਾ ਸਮਾਂ ਹੋ ਚੁੱਕਾ ਇਸ ਦਰਾਂ ਕਿਸਾਨ ਅੰਦੋਲਨ ਤੇਜ਼ ਕਰ ਰਹੇ ਨੇ ਤੇ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਨੇ ਸੋ ਵੱਡੀ ਮੀਟਿੰਗ ਜਿਹੜੀ ਅੱਜ ਹੋ ਰਹੀ ਆ ਜਿਸ ਦੇ ਵਿੱਚ ਰਕੇਸ਼ ਟੈਕਟ ਹੋਰਾਂ ਦੇ ਵੱਲੋਂ ਵੱਡਾ ਕਹਿੰਦੇ ਐਲਾਨ ਕਰ ਦਿੱਤਾ ਗਿਆ ਜੀ ਉਹਨਾਂ ਨੇ ਕਿਹਾ ਹੈ ਕਿ ਹੁਣ ਅਸੀਂ ਬੈਰੀਕੇਡ ਤੋੜਾਂਗੇ ਇਸ ਦੇ ਵਿਚਾਲੇ ਕਿਸਾਨਾ ਗੁਰਕਿਸ਼ਟ ਕੜ ਨੇ ਕਿਹਾ ਕਿ ਮਹਾਂ ਪੰਚਾਇਤ ਲਈ ਵੱਡੀ ਗਿਣਤੀ ਚ ਲੋਕ ਸ਼ਾਮਲ ਹੋਣਗੇ ਉਹਨਾਂ ਨੇ ਕਿਹਾ ਮਹਾਂ ਪੰਚਾਇਤ ਲਈ ਪਹੁੰਚਣ ਵਾਲੇ ਲੋਕਾਂ ਦੀ ਗਿਣਤੀ ਦੱਸਣੀ ਆ ਸੰਭਵ ਹੈ ਸੋ ਜਿੰਤੋਂ ਤੱਕ ਨਿਕਾ ਜਾਏਗੀ ਉਤੋਂ ਤੱਕ ਲੋਕ ਹੀ ਲੋਕ ਦਿਖਾਈ ਦੇਣਗੇ ਸੋ ਇਹ ਕਹਿੰਦੇ ਐਲਾਨ ਕੀਤਾ ਗਿਆ ਹੈ ਮਨੀਸ਼ ਨਰਵਾਲ ਨੇ ਸਿੰਘ ਰਾਜ ਅਡਾਣਾ ਤੇ ਵਰੇਗਾ ਪੈਸਿਆਂ ਦਾ ਮੀ ਹਰਿਆਣਾ ਸਰਕਾਰ ਦੇਵੇਗੀ 80 ਕਰੋੜ ਮਨੋਹਰ ਲਾਲ ਖੱਟੜ ਨੇ ਟੋਕੀਓ 올림픽 ਸਪੈਰਾ 올림픽 ਦੇ ਵਿੱਚ ਸ਼ਨੀਵਾਰ ਨੂੰ ਸੋਨ ਤਗਮਾ ਜਿੱਤਣ ਵਾਲੇ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੂੰ 6 ਕਰੋੜ ਤੇ ਚਾਂਦੀ ਦਾ ਤਗਮਾ ਜਿੱਤਣ ਵਾਲੇ ਸਿੰਘ ਰਾਜ ਅਡਾਣ ਨੂੰ 4 ਕਰੋੜ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ ਖਬਰ ਹਸ਼ਿਆਰਪੁਰ ਤੋਂ ਜਿੱਥੇ ਕਵੈਤ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਟਿਕਟਾਂ ਕਨਫਰਮ ਕਰਨ ਏਜੰਟ ਦੇ ਦਫ਼ਤਰ ਪਹੁੰਚੇ 15 ਨੌਜਵਾਨਾਂ ਦੇ ਉੱਡੇ ਹੋਸ਼ ਜਦੋਂ ਉੱਥੇ ਪਹੁੰਚੇ ਤਾਂ ਉੱਥੇ ਤਾਲਾ ਲੱਗਾ ਹੋਇਆ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਅਤੇ ਤੋਤੇ ਉੱਡ ਗਏ ਏਜੰਟ ਨੇ ਇੱਥੇ ਪਹੁੰਚੇ 15 ਨੌਜਵਾਨਾਂ ਤੋਂ 12 ਲੱਖ ਰੁਪਏ ਤੋਂ ਵੱਧ ਦੀ ਠੱਗੀ ਕੀਤੀ ਹੈ ਤੇ ਇਸ ਚੂ ਇੱਕ ਨੌਜਵਾਨ ਅਜੇਹਾ ਵੀ ਹੈ ਜਿਸਨੂੰ ਏਜੰਟ ਨੇ ਅੱਜ ਦੀ ਫਲਾਈਟ ਦੱਸੀ ਸੀ ਹਿਮਾਚਲ ਦੇ ਉਹਨਾਂ ਦੇ ਰਹਿਣ ਵਾਲਾ ਇਹ ਨੌਜਵਾਨ ਆਪਣਾ ਸਮਾਨ ਪੈਕ ਕਰਕੇ ਇੱਥੇ ਪਹੁੰਚਿਆ ਸੀ ਪਤਾ ਲੱਗਾ ਤਾਂ ਏਜੰਟ ਪਿਛਲੇ 2 ਮਹੀਨਿਆਂ ਤੋਂ ਆਪਣੇ ਦਫ਼ਤਰ ਦਾ ਕਿਰਾਇਆ ਵੀ ਨਹੀਂ ਦਿੱਤਾ ਅਗਲੀ ਵੱਡੀ ਖਬਰ ਆ ਦੋਸਤੋ ਆਪ ਆਗੂ ਜੱਸੀ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਆਮ ਆਦਮੀ ਪਾਰਟੀ ਦੇ ਪੰਜਾਬ ਨੌਜਵਾਨ ਆਗੂ ਅਤੇ ਐਸਸੀ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਜੱਸੀ ਸੋਈਆਂ ਦੀ ਅਗਵਾਈ ਹੇਠ ਹਲਕੇ ਦੇ ਵਿੱਚ ਵੱਡੀ ਗਿਣਤੀ ਤੋਂ ਵਲੰਟੀਅਰਾਂ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਉਪਰੰਤ ਆਪਣੀ ਗੱਲਬਾਤ ਦੱਸਤੀ ਜੱਸੀ ਸੋਈਆਂ ਵੱਲੋਂ ਕਿਹਾ ਗਿਆ ਕਿ ਸੂਬਾ ਪਰਦਾਣ ਭਗਵੰਤ ਮਾ ਨੂੰ ਸਮੂਹ ਵੋਲੰਟੀਅਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਰਵਾਇਤੀ ਪਾਰਟੀਆਂ ਨੂੰ ਕਰਾਰੀ ਹਾਰ ਦੇਣ ਦੀਆਂ ਤਿਆਰੀਆਂ ਵਿੱਚ ਜੁਟ ਜਾਣਾ ਚਾਹੀਦਾ ਹੈ। ਕਿਸਾਨ ਅੰਦੋਲਨ ਦੇ ਨਾਂ ਤੇ ਪੰਜਾਬ ਚ ਕਾਨੂੰਨ ਵਿਵਸਥਾ ਦੀਆਂ ਉਡੀਆਂ ਤਾ ਜਿਆ ਅਸ਼ਵਨੀ ਸ਼ਰਮਾ ਦਾ ਵੱਡਾ ਬਿਆਨ ਹੈ ਜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਜਿਸ ਵਿੱਚ ਉਹਨਾਂ ਨੇ ਨਾਲ ਹਰਜੀਤ ਗਰੇਵਾਲ ਤੇ ਹੋਰ ਕਈ ਆਗੂ ਸ਼ਾਮਲ ਸਨ ਪ੍ਰੈਸ ਕਾਨਫਰੰਸ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪਾਰਟੀ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਦੋਂ ਪੰਜਾਬ ਪੜ ਦੇ ਵਿੱਚ ਕਾਂਗਰਸ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਸਮਾਜ ਸੇਵੀ ਸੰਸਥਾਵਾਂ ਲੋਕ ਭਾਜਪਾ ਦੇ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਭਾਜਪਾ ਦਾ ਇੱਕ ਹੀ ਟੀਚਾ ਹੈ ਲੋਕਤੰਤਰ ਵਿੱਚ ਚਾਹੇ ਇੱਕ ਵਿਅਕਤੀ ਹੋਵੇ ਚਾਹੇ 100 ਹੋਣ ਉਹਨਾਂ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਆਪ ਦੀ ਸਰਕਾਰ ਬਣ ਕੇ ਦਿੱਲੀ ਦਾ ਵਰਗਾ ਵਿਕਾਸ ਕਰਨਾ ਚਾਹੁੰਦੇ ਨੇ ਲੋਕ ਪੰਜਾਬ ਦੇ ਵਿੱਚ ਰਾਗਵ ਚੱਡਾ ਦਾ ਵੱਡਾ ਬਿਆਨ ਹੈ 2022 ਦੇ ਵਿੱਚ ਹੋਣ ਵਾਲੀਆਂ ਵੋਟਾਂ ਦੇ ਬਾਰੇ ਉਹਨਾਂ ਨੇ ਕਿਹਾ ਹੈ ਕਿ ਕੈਪਟਨ ਮਨਿੰਦਰ ਵੱਲੋਂ ਵਾਦੇ ਪੂਰੇ ਨਾ ਹੋਣ ਦੇ ਕਾਰਨ ਲੋਕ ਗੁੱਸੇ ਵਿੱਚ ਆਂ ਤੇ 2022 ਚ ਕੈਪਟਨ ਨੂੰ ਸਬਕ ਸਿਖਾਉਂਦੇ ਹੋਏ ਆਪ ਦੀ ਸਰਕਾਰ ਬਣਾਉਣਗੇ ਕੇਜਰੀਵਾਲ ਦੀ ਲੋਕਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮ ਕੰਮਾਂ ਤੋਂ ਪੰਜਾਬ ਦੇ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦੇ ਨੇ ਤਾਂ ਜੋ ਦਿੱਲੀ ਦੇ ਵਾਂਗ ਵਿਕਾਸ ਹੋ ਸਕੇ ਧੰਨਵਾਦ